ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਰੇਡੀਓ ਵਾਲੀ ਕਵਰ ਐਂਡ ਆਈ ਹੋਪ ਤੁਸੀਂ ਸਾਰੇ ਕੈਮੋ ਕੈਮ ਹੋ ਵਿਦਆਊਟ ਵਹਿਮ ਹੋ ਕਿਉਂਕਿ ਨਵਾਂ ਸਾਲ ਚੜ ਗਿਆ 2021 ਆ ਗਿਆ ਅ ਵੈਰੀ ਹੈਪੀ ਨਿਊ ਈਅਰ ਅਗੇਨ ਐਂਡ ਦਿਸ ਇਜ਼ ਰੈਡ ਐਫ ਐਮ ਸ਼ਾਇਰੀ ਪ੍ਰੈਜੈਂਟਸ ਦਿਲ ਦੀ ਕਲਮ ਤੋਂ ਸੋ ਦਿਲ ਦੀ ਕਲਮ ਤੋਂ ਦੇ ਵਿੱਚ ਅੱਜ ਜੋ ਮੈਂ ਕਵਿਤਾ ਪੜ੍ਹਨ ਵਾਲੀ ਹਾਂ ਬਹੁਤ ਹੀ ਪਿਆਰੀ ਬਹੁਤ ਹੀ ਸਿੰਪਲ ਜਿਹੀ ਕਵਿਤਾ ਹੈ ਬਾਈ ਸ਼ਿਵ ਕੁਮਾਰ ਬਟਾਲਵੀ ਜੀ ਇਤਰਾਂ ਦੇ ਛੋ ਉਸ ਕਵਿਤਾ ਦਾ ਨਾਮ ਆ ਤੁਸੀਂ ਸਾਰਿਆਂ ਨੇ ਹੋ ਸਕਦਾ ਪਹਿਲਾਂ ਸੁਣੀ ਹੋਵੇ ਇਹਦੇ ਉੱਪਰ ਗੀਤ ਵੀ ਗਾਏ ਗਏ ਆ ਐਂਡ ਬੜਾ ਸਿੰਪਲ ਜਿਹਾ ਸਵਾਲ ਆ ਜਦ ਕੋਈ ਕਿਸੇ ਨੂੰ ਪੁੱਛਦਾ ਆ ਕਿ ਤੇਰਾ ਉਹ ਸੰਬੰਧ ਸਪੈਸ਼ਲ ਤੇਰਾ ਉਹ ਕਿੱਥੇ ਰਹਿੰਦਾ ਆ ਉਹ ਕਿੱਥੇ ਵੱਸਦਾ ਆ ਤਾਂ ਕਈ ਵਾਰੀ ਸਿਰਫ ਇੱਕ ਲਾਈਨ ਜਾਂ ਸਿਰਫ ਇੱਕ ਸ਼ਹਿਰ ਦਾ ਨਾਮ ਦੱਸ ਕੇ ਗੱਲ ਨਹੀਂ ਬਣਦੀ ਸੋ ਉਸ ਸਿਚੁਏਸ਼ਨ ਲਈ ਇਹ ਕਵਿਤਾ ਆ ਇਟ ਗੋਜ਼ ਲਾਈਕ ਜਿੱਥੇ ਇਤਰਾਂ ਦੇ ਵਗਦੇ ਨੇ ਚੋ ਨੀ ਉੱਥੇ ਮੇਰਾ ਯਾਰ ਵੱਸਦਾ ਜਿੱਥੇ ਲੰਘਦੀ ਹੈ ਪੌਣ ਵੀ ਖਲੋ ਨੀ ਉੱਥੇ ਮੇਰਾ ਯਾਰ ਵੱਸਦਾ ਨੰਗੇ ਨੰਗੇ ਪੈਰੀ ਜਿੱਥੇ ਆਉਣ ਪਰ ਬਾਤਾਂ ਰਿਸ਼ਮਾਂ ਦੀ ਮਹਿੰਦੀ ਪੈਰੀ ਲਾਉਣ ਜਿਵੇਂ ਰਾਤਾਂ ਜਿੱਥੇ ਚਾਨਣੀ ਚ ਨਾਵੇ ਖੁਸ਼ਬੋ ਨੀ ਉੱਥੇ ਮੇਰਾ ਯਾਰ ਵੱਸਦਾ ਅਗਲਾ ਪੈਰਾਗ੍ਰਾਫ ਬਹੁਤ ਹੀ ਜ਼ਿਆਦਾ ਡੀਪ ਅਤੇ ਬਹੁਤ ਹੀ ਜ਼ਿਆਦਾ ਮੀਨਿੰਗਫੁੱਲ ਹੈ ਉਹ ਲਿਖਦੇ ਆ ਕਿ ਭੁੱਖੇ ਭਾਣੇ ਸੌਣ ਜਿੱਥੇ ਖੇਤਾਂ ਦੇ ਰਾਣੇ ਸੱਜਣਾ ਦੇ ਰੰਗ ਜਿਵੇਂ ਕਣਕਾਂ ਦੇ ਦਾਣੇ ਜਿੱਥੇ ਦਮਾਂ ਵਾਲੇ ਲਹਿੰਦੇ ਨੇ ਲੱਕੋ ਨੀ ਉੱਥੇ ਮੇਰਾ ਯਾਰ ਵੱਸਦਾ ਜਿੱਥੇ ਇਤਰਾਂ ਦੇ ਵਗਦੇ ਨੇ ਚੋ ਨੀ ਉੱਥੇ ਮੇਰਾ ਯਾਰ ਵੱਸਦਾ ਜਿੱਥੇ ਲੰਘਦੀ ਹੈ ਪੌਣ ਵੀ ਖਲੋ ਨੀ ਉੱਥੇ ਮੇਰਾ ਯਾਰ ਵੱਸਦਾ ਸੋ ਇਹ ਸੀਗੀ ਅੱਜ ਦੀ ਪੋਇਮ ਐਂਡ ਆਈ ਹੋਪ ਤੁਹਾਨੂੰ ਇਹ ਕਵਿਤਾ ਵਧੀਆ ਲੱਗੀ ਹੋਊਗੀ ਤੁਸੀਂ ਆਪਣਾ ਫੀਡਬੈਕ ਸਾਡੇ ਨਾਲ ਕੋਮੈਂਟ ਸੈਕਸ਼ਨ ਦੇ ਵਿੱਚ ਸ਼ੇਅਰ ਕਰ ਸਕਦੇ ਹੋ ਐਂਡ ਜੇਕਰ ਤੁਸੀਂ ਆਪ ਵੀ ਕੁਝ ਲਿਖਦੇ ਹੋ ਤਾਂ ਉਹ ਵੀ ਥੱਲੇ ਕੋਮੈਂਟ ਸੈਕਸ਼ਨ ਵਿੱਚ ਹੀ ਸਾਡੇ ਨਾਲ ਜ਼ਰੂਰ ਸ਼ੇਅਰ ਕਰਿਓ ਅਸੀਂ ਅਗਲੀ ਵਾਰ ਮਿਲਦੇ ਹਾਂ ਓਕੇ ਡਾਡਾ ਬਾਏ ਬਾਏ ਸਤਿ ਸ਼੍ਰੀ ਅਕਾਲ